ਜਿਹੜਾ ਪੁਲਿਸ ਦੇ ਹਮਲਾ ਹੋਇਆ ਕਿੰਨੇ ਮੁਲਾਜ਼ਮ ਜ਼ਖਮੀ ਹੋਏ? ਇਹਦੇ ਵਿੱਚ 4 ਸਾਡੇ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਸੀਗੇ ਅਤੇ ਉਹ ਇਸ ਟਾਈਮ ਸਿਵਲ ਹੋਸਪਿਟਲ ਕਪੂਰਥਲਾ ਦੇ ਵਿੱਚ ਹੈਗੇ ਆ ਅਤੇ ਜਿਹੜੀ ਪਾਰਟੀ ਨੇ ਸਾਡੀ ਰੇਡ ਕਰਨ ਗਈ ਸੀਗੀ ਐਸਟੀਐਫ ਦੀ, ਉਹਨਾਂ 'ਤੇ ਜਿਨ੍ਹਾਂ ਨੇ ਅਟੈਕ ਕੀਤਾ ਉਹਦੇ ਵਿੱਚੋਂ ਅਸੀਂ 6 ਬੰਦੇ ਜਿਹੜੇ ਅਰੈਸਟ ਕਰ ਲਏ, ਜਿਨ੍ਹਾਂ ਕੋਲੋਂ ਇੱਕ ਪਿਸਟਲ ਜਿਹੜਾ ਖੋਹ ਕੇ ਮੌਕੇ ਤੋਂ ਲੈ ਕੇ ਸਾਡੇ ਪੁਲਿਸ ਮੁਲਾਜ਼ਮ ਦਾ ਉਹ ਰਿਕਵਰ ਕੀਤਾ ਅਤੇ ਡਰੱਗ ਮਨੀ 13,50,000 ਉਹ ਰਿਕਵਰ ਕੀਤੀ ਹੈ ਅਤੇ ਕਿਲੋ ਜਿਹੜਾ ਇੱਕ ਨਸ਼ੀਲਾ ਪਾਊਡਰ ਸੀਗਾ ਸੁੱਟ ਕੇ ਭੱਜੇ ਜਦੋਂ ਉਹ ਅਸੀਂ ਰਿਕਵਰ ਕੀਤਾ। ਜਿਹੜਾ ਹਰਜਿੰਦਰ ਆ ਇਹਦੇ ਆਲਰੇਡੀ ਪਹਿਲਾਂ 3 NDPC ਮੁਕੱਦਮੇ ਦਰਜ ਹੈ, ਬੇਲ 'ਤੇ ਬਾਹਰ ਹੈ। ਇੱਕ ਮੁਕੱਦਮਾ ਇਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਇਹਨੇ SDF ਦੀ ਹੀ ਟੀਮ 'ਤੇ ਹਮਲਾ ਕੀਤਾ ਸੀਗਾ, ਉਹਦੇ ਵਿੱਚ ਇਹਦੀ ਅਰੈਸਟ ਪੈ ਚੁੱਕੀ ਹੈ ਅਤੇ ਬੇਲ 'ਤੇ ਬਾਹਰ ਹੈਗਾ। ਸਰ ਟੋਟਲ ਕਿੰਨੇ ਨੋਮੀਨੇਟ ਕੀਤੇ ਗਏ FIR? ਇਹਦੇ ਵਿੱਚ ਅਸੀਂ 18 ਬੰਦੇ ਨੋਮੀਨੇਟ ਕੀਤੇ ਆ ਬਾਈ ਨੇਮ, ਅਤੇ ਇਹਦੇ ਵਿੱਚੋਂ 7-8 ਜਿਹੜੇ ਹੈਗੇ ਆ ਅਨਨੋਨ ਹੈਗੇ ਆ। ਹੁਣ ਤੱਕ ਦੀ ਬਰਾਮਦਗੀ ਕੀ ਹੈ ਜੀ? ਇਹਨਾਂ ਦੇ ਵਿੱਚੋਂ ਅਸੀਂ ਇੱਕ ਤਾਂ ਪਿਸਟਲ ਜਿਹੜਾ 9mm ਦਾ ਸਾਡਾ ਸੀਗਾ ਉਹ ਰਿਕਵਰ ਕੀਤਾ ਇਹਨਾਂ ਕੋਲੋਂ, ਇੱਕ ਮੋਟਰਸਾਈਕਲ ਜਦੋਂ ਭੱਜ ਕੇ ਜਦੋਂ ਗਏ ਉਹ ਰਿਕਵਰ ਕੀਤਾ, 13,50,000 ਰੁਪਈਆ ਅਤੇ 1 ਕਿਲੋ ਨਸ਼ੀਲਾ ਪਾਊਡਰ। ਕਿੰਨੀਆਂ ਔਰਤਾਂ FIR ਸ਼ਾਮਲ ਹੈ? ਇਹਦੇ ਵਿੱਚ 2 ਔਰਤਾਂ ਨੇ, ਹਰਜਿੰਦਰ ਦੀ ਮਦਰ ਹੈ ਅਤੇ ਉਹਦੀ ਵਾਈਫ ਆ। ਜਿਹੜੇ ਅਕਿਊਜ਼ ਹੈਗੇ ਇਹਨਾਂ ਦੀ ਆਪਸੀ ਕੋਈ ਰਿਸ਼ਤੇਦਾਰੀ ਵੀ ਹੈਗਾ ਜੀ? ਹਾਂਜੀ, ਇੱਕ ਮਾਮੇ ਇਹਦੇ ਵਿੱਚ ਜਿਹੜੇ ਅਕਿਊਜ਼ ਹੈ ਇਹ ਮਾਮੇ ਵੀ ਹੈਗੇ, ਮਾਸੀ ਦੇ ਮੁੰਡੇ ਵੀ, ਭੂਆ ਦੇ ਮੁੰਡੇ ਵੀ ਆ, ਇਹ ਇਹਨਾਂ ਦੀ ਆਪਸੀ ਰਿਸ਼ਤੇਦਾਰੀ ਹੈ। ਕਿੰਨੇ ਜਣੇ ਸਰ ਬੱਚੇ ਜੋ ਮੋਲ ਹੈ ਇਹਦੇ ਵਿੱਚ? 18 ਜਣੇ ਤਾਂ ਬਾਈ ਨੇਮ ਨਾ, ਪਰਿਵਾਰ ਦੇ ਮੈਂਬਰ ਹੋ ਸਕਦੇ ਆ, ਇਹਦੇ ਯਾਰ ਦੋਸਤ ਵੀ ਹੋ ਸਕਦੇ ਆ, ਅਤੇ ਬਾਕੀ 8 ਬੰਦੇ ਅਨਨੋਨ ਹੈਗੇ। ਸਰ ਪੁਲਿਸ ਟੀਮ ਦੇ ਵਿੱਚ ਕੋਈ ਲੇਡੀਜ਼? ਸਾਡੀ ਲੇਡੀ ਕਾਂਸਟੇਬਲ ਸੀਗੀ। ਸਰ ਕਿਹੋ ਜੀ ਹਾਲਤ ਹੈ? ਠੀਕ ਹੈ ਮੈਮ, ਬਿਲਕੁਲ ਠੀਕ ਹੈ ਸਾਡੇ।